ਲਵ ਮੈਰਿਜ ਕਰਵਾ ਕੇ ਵਾਹੁਟੀ ਭੇਜੀ ਕੈਨੇਡਾ, ਉੱਥੇ ਜਾ ਕੇ ਮੁਖਰੀ ਤਾਂ ਦੁੱਖ ਵਿੱਚ ਮੁੰਡਾ ਹੋ ਗਿਆ ਮਾਨਸਿਕ ਰੋਗੀ। ਪੁਲਿਸ ਨੇ ਲੜਕੀ ਅਤੇ ਮਾਂ ਪਿਓ ਤੇ ਕੀਤਾ ਮਾਮਲਾ ਦਰਜ। ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਇਸ ਆਸ ਵਿੱਚ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਕਿ ਉਹ ਉੱਥੇ ਜਾ ਕੇ ਉਹਨਾਂ ਦੇ ਪੁੱਤਰ ਨੂੰ ਵੀ ਵਿਦੇਸ਼ ਵਿੱਚ ਬੁਲਾ ਲਵੇਗੀ। ਪਰ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਵਿਦੇਸ਼ ਜਾ ਕੇ ਲੜਕੀ ਮੁੱਕਰ ਜਾਂਦੀ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਪਿੰਡ ਦਬੂੜੀ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੇ ਲੜਕੇ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਬਾਅਦ ਆਪਣੀ ਨੂੰਹ ਨੂੰ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਤਾਂ ਜੋ ਉਹਨਾਂ ਦੀ ਨੂੰਹ ਉਹਨਾਂ ਦੇ ਲੜਕੇ ਨੂੰ ਵੀ ਵਿਦੇਸ਼ ਬੁਲਾ ਕੇ ਸੈਟਲ ਕਰਵਾ ਦੇਵੇ। ਪਰ ਕੈਨੇਡਾ ਜਾ ਕੇ ਲੜਕੀ ਮੁੱਕਰ ਗਈ ਅਤੇ ਜਦੋਂ ਲੜਕਾ ਆਪਣੇ ਖਰਚੇ ਤੇ ਲੜਕੀ ਦੀ ਮਰਜ਼ੀ ਤੋਂ ਬਿਨਾਂ ਕੈਨੇਡਾ ਚਲਾ ਗਿਆ ਤਾਂ ਉੱਥੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਇਸ ਗਮ ਵਿੱਚ ਲੜਕਾ ਵੀ ਮਾਨਸਿਕ ਰੋਗੀ ਹੋ ਰਿਹਾ ਹੈ। ਦੁਖੀ ਹੋ ਕੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਪਰਿਵਾਰ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਲੜਕੀ ਉਸਦੇ ਪਿਤਾ ਅਤੇ ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੇਰਾ ਨਾਂ ਰਿਸ਼ਪਾਲ ਸਿੰਘ, ਪਿੰਡ ਦਬੂੜੀ। ਮੇਰੇ ਲੜਕਾ ਜਗਰਾਜ ਸਿੰਘ, ਮੈਂ ਉਹਦਾ ਵਿਆਹ ਕਾਲੇ ਨੰਗਲ ਹੋਇਆ ਕਿ ਲਵ ਮੈਰਿਜ ਹੋਈ ਆ, ਅਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ। ਮੁੜ ਕੇ ਧੱਕੇ ਨਾਲ ਮੇਰੇ ਘਰ ਇਹਨੇ ਵਿਆਹ ਕੀਤਾ, ਅਤੇ ਮੈਂ ਨਮੋਸ਼ੀ ਦਾ ਮਾਰਿਆ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ, ਅਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ। ਮੈਂ 5-7-10 ਬੰਦੇ ਖੜ੍ਹ ਕੇ ਅਤੇ ਆਪਣਾ ਪੈਲਸ ਕਰਕੇ ਅਤੇ ਆਪ ਫੇਰੇ ਲੈ ਕੇ ਗੁਰਦੁਆਰੇ ਅਤੇ ਇਹਦਾ ਵਿਆਹ ਕੀਤਾ। ਕਿੰਨੀ ਤਰੀਕ ਨੂੰ ਕੀਤਾ ਜੀ? ਇਹ 18 ਜਨਵਰੀ 2018 ਜੀ। ਅੱਛਾ। ਉਹਦੇ ਤੋਂ ਬਾਅਦ ਇਹਨਾਂ ਕਨਵੈਂਟਮੈਂਟ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਤੂੰ ਬਾਹਰ ਭੇਜੇਗਾ। ਮੈਂ ਕਿਹਾ ਵੀ ਚਲੋ ਕੋਈ ਨਹੀਂ, ਮੈਂ ਭੇਜ ਦਿਆਂਗਾ। ਮੈਨੂੰ ਵੀ ਥੋੜ੍ਹਾ ਸੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ, ਚਲੋ ਸਾਰੇ ਰਲ ਮਿਲ ਕੇ ਇਹਨਾਂ ਕੀ। ਅਤੇ ਮੈਂ ਐਲਿਸ ਵੀ ਕੁੜੀ ਨੂੰ ਕਰਵਾਈ। ਫਿਰ ਮੈਂ ਬਾਅਦ 'ਚ ਇਹਦੀ 3 ਵਾਰੀ ਐਲਿਸ ਕਰਵਾਈ, 2 ਵਾਰੀ ਫੇਲ ਹੋ ਗਈ, 3ਰੀ ਵਾਰੀ ਪਾਸ ਹੋਈ। ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ USA ਦੀ ਫਾਈਲ ਲਗਵਾਈ। ਉੱਥੇ ਮੇਰਾ 6 ਲੱਖ ਰੁਪਇਆ ਖਰਚਾ ਆਇਆ। 1 ਮਹੀਨਾ ਉੱਥੇ ਟ੍ਰੇਨਿੰਗ ਵੀ ਦਵਾਈ ਮੈਂ ਇਹਨੂੰ, ਅਤੇ ਉੱਥੋਂ ਇਹ ਹੈਦਰਾਬਾਦ ਇਹਨਾਂ ਦੀ ਟ੍ਰੇਨਿੰਗ ਹੋਈ, ਉੱਥੋਂ ਇਹ ਫੇਲ ਹੋ ਗਈ। ਫਿਰ ਇਹਦੇ ਤੋਂ ਬਾਅਦ ਮੈਂ ਦੁਬਾਰਾ ਇਹਦੀ ਨਿਊਜ਼ੀਲੈਂਡ ਫਾਈਲ ਲਵਾਈ। 2 ਵਾਰੀ ਨਿਊਜ਼ੀਲੈਂਡ ਵੀ ਲਵਾਈ ਅਤੇ ਉੱਥੋਂ ਵੀ ਇਹ ਫੇਲ ਹੋ ਗਈ, ਰਿਫਿਊਜ ਹੋ ਗਈ। ਦੁਬਾਰਾ ਫਿਰ ਮੈਂ ਕੈਨੇਡਾ ਦੀ ਲਵਾਈ, ਉੱਥੇ 4 ਲੱਖ ਨਿਊਜ਼ੀਲੈਂਡ ਵੀ ਮੇਰਾ ਖਰਚਾ ਹੋਇਆ। ਮੁੜ ਕੇ ਮੈਂ ਇਹਦੀ ਕੈਨੇਡਾ ਦੀ ਫਾਈਲ ਲਵਾਈ, ਕੈਨੇਡਾ 'ਚ ਇਹਦਾ ਵੀਜ਼ਾ ਆ ਗਿਆ। ਉਹ 'ਤੇ ਮੇਰਾ 20-25 ਲੱਖ ਰੁਪਇਆ ਖਰਚ ਹੋਇਆ। ਮੁੜ ਕੇ ਮੈਂ ਇਹਨੂੰ ਵਾਰ ਵਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ। ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਵੀ ਇਹ ਲਓ, ਤੁਸੀਂ ਫਾਈਲ ਲਵਾ ਲਓ। ਮੈਂ ਉਹ ਡਾਕੂਮੈਂਟ ਲੈ ਕੇ ਅਤੇ ਪਹਿਲਾਂ ਬੜੇ ਥਾਂ ਫਿਰਿਆ, ਉਹ ਜਾਲੀ ਸੀ। ਮੁੜ ਕੇ ਦੁਬਾਰਾ ਫਿਰ ਅਸੀਂ ਕਿਹਾ ਅਤੇ ਇਹਨੇ ਕਾਲਜ ਵੱਲੋਂ ਸਾਨੂੰ ਡਾਕੂਮੈਂਟ ਭੇਜਿਆ ਅਤੇ ਅਸੀਂ ਗੁਰਮਿਲਾਪ ਲੁਧਿਆਣੇ ਤੋਂ ਜਿਹਦੀ ਕੋਈ ਫਾਈਲ ਲਗਵਾਈ ਇਹਦੀ। ਉੱਥੇ ਮੇਰਾ 3-4 ਲੱਖ ਰੁਪਇਆ ਖਰਚ ਹੋਇਆ। ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵੀਜ਼ਾ ਆ ਗਿਆ। ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ, ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ, ਨਾ ਮੁੰਡਾ ਆਏ ਅਤੇ ਨਾ ਮੈਂ ਇਹਨੂੰ ਸਾਹਮਣਾ। ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛਿਆ ਅੱਜ ਕੱਲ੍ਹ ਲੱਗੇ ਭੇਜ ਦਿਓ, 2 ਮਹੀਨੇ ਅਲੱਗ ਅਲੱਗ ਰਹਿਣਗੇ, ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ। ਅਸੀਂ ਮੁੰਡਾ ਭੇਜ ਦਿੱਤਾ। ਜਦੋਂ ਏਅਰਪੋਰਟ 'ਤੇ ਪਹੁੰਚੇ ਤਾਂ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ। ਜਦੋਂ ਮੁੰਡਾ ਅਸੀਂ ਮੁੰਡੇ ਨੇ ਸਾਨੂੰ ਫੋਨ ਕੀਤਾ ਵੀ ਇਹ ਕੁਝ ਬੋਲ ਰਹੀ ਆ, ਜਾਂ ਕਿ ਤੂੰ ਚਲਾ ਜਾ, ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ। ਅੱਗੇ ਅਸੀਂ ਉੱਥੇ ਆਪਣੇ
ਵਕੀਲ ਕਰਕੇ ਤਾਂ ਇਹਨੂੰ ਏਅਰਪੋਰਟ ਤੋਂ ਵੀ ਅਸੀਂ ਬਾਹਰ ਕੱਢਿਆ। ਮੁੜ ਕੇ ਇਹ ਲੈਣ ਨਹੀਂ ਆਈ, ਸਾਡੀ ਭਾਣਜੀ ਸੀ ਉਹਨੇ ਇਹਨੂੰ ਲੈਣ ਆਈ, ਉਹ ਇਹਨੂੰ ਲੈ ਕੇ ਗਈ, ਇੱਕ ਮਹੀਨਾ ਉਹਦੇ ਕੋਲ ਰਿਹਾ। ਉਹਦੇ ਤੋਂ ਬਾਅਦ ਇਹ ਉੱਥੇ ਫਿਰ ਇਹ ਕੋਈ ਕੰਮ ਕੁੰਮ ਨਹੀਂ ਇਹਨੂੰ ਮਿਲਿਆ ਅਤੇ ਇਹ ਚਲਾ ਗਿਆ ਆਪਣੇ ਬ੍ਰਦਰ ਕੋਲ, ਇਹਦੀ ਭੂਆ ਦਾ ਲੜਕਾ ਸਰੀ ਜੀ, ਸਰੀ ਜੋ ਚਲਾ ਗਿਆ। ਸਰੀ ਜਾ ਕੇ ਚਲੋ ਇਹ ਕੰਮ ਕਰ ਤਾਂ ਮਾੜਾ ਮੋਟਾ ਲੱਗ ਗਿਆ। ਮੁੜ ਕੇ ਵਾਰ ਵਾਰ ਇਹਨੂੰ ਧਮਕੀਆਂ ਦਿੰਦੀ ਰਹੀ ਕਿ ਮੈਨੂੰ ਡਿਵੋਰਸ ਦੇ, ਮੈਂ ਤੈਨੂੰ ਮਰਵਾ ਦੇਣਾ, ਤੈਨੂੰ ਆਹ ਕਰ ਦੇਣਾ, ਤੈਨੂੰ ਇਹ ਕਰ ਦੇਣਾ। ਇਹ ਮੁੰਡਾ ਸੋਚ ਸੋਚ ਕੇ ਆ ਮੁੰਡਾ ਮੈਂਟਲ ਹੋ ਚੁੱਕਾ। ਜਦੋਂ ਮੈਂਟਲ ਹੋ ਗਿਆ ਫਿਰ ਅਸੀਂ ਬੜਾ ਫਿਰ ਇੱਥੇ ਦਰਖਾਸਤਾਂ ਦਿੱਤੀਆਂ ਵੀ ਸਾਡਾ ਮੁੰਡਾ ਇਸ ਤਰ੍ਹਾਂ ਕਰਕੇ ਹੋ ਗਿਆ, ਬਿਮਾਰ ਹੋ ਗਿਆ, ਅਤੇ ਤੁਸੀਂ ਸਾਡਾ ਇਲਾਜ ਕਰਾ ਦਿਓ। ਇਹਨਾਂ ਸਾਡੇ ਨਾਲ ਇੱਕ ਡਾਕੂਮੈਂਟ ਲਿਖ ਲਿਆ, DSP ਰਾਜਵੀਰ ਦੇ ਬੈਠੇ ਉਹਨਾਂ ਇੱਕ ਐਫੀਡੇਵਿਟ ਕਰਵਾਇਆ ਸਾਡੇ ਕੋਲ ਕਿ ਇਹ ਮੁੰਡੇ ਦਾ ਇਲਾਜ ਕਰਵਾਉਣ ਜਾਏਗੀ ਅਤੇ ਤੁਸੀਂ ਸਾਰਾ ਖਰਚਾ ਤੁਸੀਂ ਲਾਓਗੇ, ਮੁੰਡੇ ਦਾ ਇਲਾਜ ਵੀ ਕਰਾਏਗੀ, ਟਿਕਟ ਦਾ ਵੀ ਖਰਚਾ ਤੁਹਾਡਾ ਹੋਏਗਾ, USA ਦਾ ਵਿਜੇ ਦਾ ਵੀ ਖਰਚਾ ਤੁਹਾਡਾ ਹੋਏਗਾ। ਅਸੀਂ ਸਭ ਕੁਝ ਮੰਨ ਲਿਆ ਵੀ ਅਸੀਂ ਸਭ ਕੁਝ ਕਰਾਂਗੇ। ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ, ਅਸੀਂ ਕਿਹਾ ਪੈਸਾ ਵੀ ਕੋਈ ਨਹੀਂ ਲੈਂਦੇ, ਸਾਡੇ ਮੁੰਡੇ ਦਾ ਇਲਾਜ ਕਰਾ ਦਿਓ। ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਵਾਉਣ ਨਹੀਂ ਗਈ, ਸਾਡੇ ਕੋਲ ਟਿਕਟ 'ਤੇ ਵੀ ਪੈਸੇ ਲਵਾ ਲਏ, ਇਹ ਕਿਸੇ ਬੰਨੇ ਵੀ ਨਹੀਂ ਲੱਗੇ। ਅਤੇ ਮੈਂ ਕੋਸ਼ਿਸ਼ ਕਰਦਾ ਰਿਹਾ, ਦਰਖਾਸਤਾਂ ਦਿੱਤੀਆਂ ਸੀ, ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ। ਇੱਕ ਸਾਲ ਬਾਅਦ ਇਹਦੇ 'ਤੇ 420, 506 ਅਤੇ 120 ਦਾ ਪਰਚਾ ਦਰਾਂਗਲੇ ਰਜਿਸਟਰ ਹੋ ਗਿਆ। ਹੁਣ ਇਹ ਇੱਥੇ ਆਈ ਆ ਅਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ, ਇਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਰੈਸਟ ਕੀਤੀ ਜਾਏ। ਮੇਰਾ ਕੋਈ 34 ਲੱਖ ਰੁਪਈਆ ਲੱਗਾ ਜੀ, ਹੁਣ ਤਾਂ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ, ਪਰ 34 ਲੱਖ ਰੁਪਈਆ ਅਤੇ ਜਿਹੜਾ ਮੇਰੇ ਕੋਲ ਰਸੀਦਾਂ ਸਭ ਕੁਝ ਜਿਹੜਾ ਪਰੂਫ ਹੈ, ਵਿਧ ਪਰੂਫ ਆ, ਉਹ ਮੇਰਾ 34 ਲੱਖ ਰੁਪਈਆ ਲੱਗਾ। ਬੇੜੇ ਦਾ ਇਲਾਜ ਚੱਲਦਾ, ਬੇੜੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਹਾਂ ਅਤੇ ਇਹਦਾ ਇਲਾਜ ਚੱਲ ਰਿਹਾ, ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ। ਅਸੀਂ ਤਾਂ ਕਹਿੰਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਏ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ, ਇੱਕ ਇਹ ਸਹੀ ਹੋ ਜਾਏਗਾ ਅਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਅਤੇ ਠੱਗੀਆਂ ਦਾ ਇਹ ਹਾਲ ਹੁੰਦਾ। ਅਸੀਂ ਕਹਿੰਦੇ ਹਾਂ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ। ਮੇਰਾ ਨਾਮ ਗੁਰਵਿੰਦਰ ਕੌਰ। ਗੱਲ ਤਾਂ ਕੁਛ ਵੀ ਨਹੀਂ ਹੋਈ, ਮੈਂ ਐਵੇਂ ਆਖੀਏ ਵੀ ਗੱਲ ਕੋਈ ਹੋਈ ਹੈ। ਪਹਿਲਾਂ ਮੇਰਾ ਪੋਤੇ ਨੂੰ ਚੰਗਾ ਲੱਗਾ, ਹੁਣ ਮੇਰਾ ਪੋਤੇ ਨੂੰ ਮਾੜਾ ਲੱਗਾ। ਹਾਂ, ਅਤੇ ਪਹਿਲਾਂ ਉਹ ਚੰਗਾ ਸੀ ਅਤੇ ਹੁਣ ਮਾੜਾ ਆ, ਅਤੇ ਇਹ ਕੋਈ ਗੱਲ ਵੀ ਨਹੀਂ ਹੋਈ। ਮੈਂ ਤਾਂ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ, ਮੇਰੇ ਕੋਲ ਗਲੀ ਮੁਹੱਲੇ ਵੀ ਆਣ ਕੇ ਕਹਿ ਦੇ ਵੀ ਇਹਨੇ ਇਸ ਨੂੰਹ ਦਾ ਮੂੰਹ ਵੀ ਫਟਕਾ ਰਿਹਾ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਹੈ। ਮੈਂ ਆਖਿਆ ਅੱਜ ਮੈਂ ਆਖਾਂਗੀ ਨਾ ਨਿਕਲ ਕੇ ਆ ਗਈ ਹੈ ਤਾਂ ਦੁਨੀਆ ਵੀ ਆਖਣਾ ਹੈ, ਅਤੇ ਮੇਰੀ ਆ ਮੇਰੇ ਘਰ ਆ ਗਈ ਹੈ, ਮੇਰੀ ਹੈ ਹਲੇ, ਅਤੇ ਮੈਂ ਆਪਣੀ ਬਣਾ ਕੇ ਰੱਖੀ। ਅਤੇ ਮਗਰੋਂ ਸਾਣੀ ਇਹਨੇ ਸਾਡੇ ਨਾਲ ਇਹ ਠੱਗੀਆਂ ਠੋਰੀਆਂ ਪਿਆ, ਇਹਨੂੰ ਆਂਦੀ ਨੂੰ ਸਕੂਲੇ ਪਾਇਆ, ਆਂਦੀ ਨੂੰ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ, ਆਂਦੀ ਨੂੰ ਮੈਨੂੰ ਤਿਆਰ ਕਰਕੇ ਘੱਲਣਾ। ਫਿਰ ਮੈਂ ਇਹ ਹੁਣ ਫਿਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਅਤੇ ਮੈਂ ਦੇਖਿਆ ਤਾਂ ਮੈਂ ਹਾਏ ਨੇ ਤੇਰਾ ਤਾਂ ਸਰੀਰ ਹੀ ਸੁੱਕ ਗਿਆ। ਮੁੜ ਕੇ ਫਿਰ ਤੂੰ ਸਾਰ ਲਾ, ਮੈਂ ਦੁੱਧ ਘਿਓਾਂ ਦੇ ਨਾਲ ਇਹਨੂੰ ਰੋਟੀਆਂ ਅਤੇ ਇਹਨੂੰ ਪਾ ਲਿਆ ਵੀ ਉਹ ਜਿਹਾ ਫਿਰ ਕੀ ਹੋ ਗਿਆ, ਕੋਈ ਗੱਲ ਨਹੀਂ। ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਆਣ ਕੇ ਨਾ, ਹਾਂ ਕੀ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਟੀਕਾ ਦਿੱਤਾ, ਬਾਹਰ ਕਿਹੜਾ ਟੀਕਾ ਦਿੱਤਾ, ਬਾਹਰ ਵੀ ਨਹੀਂ ਟੀਕਾ ਦਿੱਤਾ, ਅਤੇ ਠੱਗੀ ਮਾਰੀ ਇਹਨਾਂ ਰੱਖ ਕੇ ਚੰਗੀ ਤਰ੍ਹਾਂ। ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ,
ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉੱਧਰ ਜਾਣ ਡਿਆ, ਤੁਹਾਡਾ ਘਰ ਉੱਧਰ ਜਾਣ ਡਿਆ। ਅਤੇ ਮੈਂ ਆਖਾਂ ਵੀ ਮੇਰੀ ਨੂੰਹ ਨਹੀਂ ਮੂਰਖਨ, ਮੇਰਾ ਘਰ ਨਹੀਂ ਉੱਧਰ ਜਾਣ ਡਿਆ, ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਅਤੇ ਖੱਟਿਆ ਉਹਨਾਂ ਨੇ। ਅਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਡਈ ਆ, ਮੇਰੇ ਬੱਚੇ ਨੇ ਤਾਂ ਜਿਹੋ ਜਿਹਾ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲਿਆ। ਮੈਂ ਤਾਂ ਖਰਾ ਕਿਸ ਤਰ੍ਹਾਂ ਆਪਣੇ ਪੁੱਤ ਨੂੰ ਦਹੀਂ ਦੇਣੀ, ਮੇਰਾ ਪੁੱਤ ਕਿਤੇ ਉੱਥੋਂ ਲੱਭਾ ਸੀ ਅਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ। ਅਤੇ ਹੁਣ ਹੁਣ ਅਸੀਂ ਅੰਮ੍ਰਿਤਸਰੋਂ ਅਸੀਂ ਦਵਾਈ ਇਹਦੀ ਕਰਵਾਉਣ ਡਏ ਹਾਂ। ਅਸੀਂ ਤਾਂ ਕੁਛ ਵੀ ਨਹੀਂ ਚਾਹੁੰਦੇ, ਅਸੀਂ ਤਾਂ ਇਹੋ ਆਖਦੇ ਹਾਂ ਵੀ ਇਹ ਸਾਨੂੰ ਇਨਸਾਫ ਦਿਓ ਇਸ ਚੀਜ਼ ਦਾ, ਜਿਹੜੀ ਗੱਲ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ। ਆਹ ਪੁਲਿਸ ਇਹ ਜੀ ਇੱਕ ਪਰਚਾ ਅੰਡਰ ਸੈਕਸ਼ਨ 420, 506, 120 ਪੀ ਐੱਸ ਦੌਰਾਂਗਲਾ ਵਿਖੇ ਰਜਿਸਟਰ ਕੀਤੀ ਹੈ। ਇਹਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਰਿਸ਼ਪਾਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਦੁਬੜੀ ਹੈ, ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜੁਗਰਾਜ ਸਿੰਘ, ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਕਮਿਟਮੈਂਟ ਹੋਈ ਸੀਗੀ ਜਿਹੜੀ ਲੜਕੀ ਧਿਰ ਹੈ ਉਹਨਾਂ ਦੇ ਨਾਲ, ਕਿ ਲੜਕੇ ਨੂੰ ਵੀ ਅਸੀਂ ਬਾਹਰ ਲਿਜਾ ਕੇ ਅਤੇ PR ਕਰਵਾਵਾਂਗੇ। ਔਰ 2018 ਵਿੱਚ ਇਸਦਾ ਵਿਆਹ ਹੋ ਗਿਆ ਸੀ। 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਅਤੇ ਬਾਹਰ ਵਿਦੇਸ਼ ਭੇਜ ਦਿੱਤਾ। ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚਲਾ ਗਿਆ ਸੀ, ਪਰ ਉਹਨਾਂ ਨੇ ਇਹਨੂੰ ਨਾ ਤਾਂ PR ਕਰਾਉਣ 'ਚ ਕੋਈ ਮਦਦ ਕੀਤੀ ਅਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ, ਬਲਕਿ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਧਿਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹਿ ਰਹੀ ਹੈ। ਅਤੇ ਇਸ ਦੇ ਉੱਤੇ ਫਿਰ ਜਿਹੜੀ ਹੈ DSP ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ। ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ, ਇਸ ਸੰਬੰਧੀ ਪਰਚਾ ਦਰਜ ਕੀਤਾ ਗਿਆ। ਇਹ 'ਚ ਜੀ 3 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਹੈ ਜੀ। ਇਹ ਸੁਰਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਹੈ, ਅਮਨਦੀਪ ਕੌਰ ਡਾਟਰ ਆਫ ਸੁਰਿੰਦਰ ਸਿੰਘ ਅਤੇ ਜਸਬੀਰ ਕੌਰ ਵਾਈਫ ਆਫ ਸੁਰਿੰਦਰ ਸਿੰਘ। ਨਹੀਂ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਜੀ। ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਹੈ ਇਹਨਾਂ ਦੀ ਅਰੈਸਟ ਕਰਕੇ ਅਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।